ਟੁੱਟ ਗੜੇ ਬਾਈ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਹਾਲ ਚਾਲ ਨੇ ਜੀ ਹਾਂਜੀ ਆਪਾਂ ਉੱਠ ਗੜੇ ਜੀ ਸਾਢੇ ਕੁ ਚਾਰ ਵਜੇ ਸਵਾ ਕੁ ਚਾਰ ਵਜੇ ਦਾ ਅਲਾਰਮ ਲਾਇਆ ਤਾ ਮੈਂ ਜੇ ਸੋਚਦਾ ਤਾਂ ਮੈਂ ਕਿਹਾ ਨਾ ਹੋਵੇ ਕਿਤੇ ਸਵੇਰੇ ਅੱਖੇ ਨਾ ਖੁੱਲੇ ਯਾਰ ਕਈ ਵਾਰ ਮੈਨੂੰ ਨਾ ਗੂੜੀ ਨੀਂਦ ਬਹੁਤ ਆ ਜਾਂਦੀ ਹੈ ਮੈਨੂੰ ਪਤਾ ਹੀ ਨਹੀਂ ਲੱਗਦਾ ਅਲਾਰਮ ਅਲੂਰਮ ਵੱਜਦੇ ਦਾ ਐਂ ਲੱਗੀ ਜਾਂਦਾ ਹੁੰਦਾ ਜਿਵੇਂ ਸੁਪਨੇ 'ਚ ਅਲਾਰਮ ਵੱਜ ਰਿਹਾ ਕਿਤੇ ਸੋ ਸ਼ੁਕਰ ਕਰੋ ਅੱਖ ਖੁੱਲ ਗਈ ਪਤਾ ਲੱਗ ਗਿਆ ਮੈਨੂੰ ਆਪਾਂ ਨੇ ਨੇੜੇ ਖੜੇ ਦਿੱਤੀ ਰੈਂਪ ਜੇ ਪਰੇ ਲਾ ਤਾ ਕੇ ਲੈਣ ਚ ਚੈੱਕ ਇਨ ਕਰਾਉਣ ਨੂੰ ਖੜਾ ਉਰੇ ਚੈੱਕ ਇਨ ਕਰਾ ਕੇ ਦੇਖਦੇ ਹਾਂ ਕਿਆ ਬਣਦਾ ਕਿਆ ਨਹੀਂ ਕਿਆ ਕਹਿੰਦੇ ਆ ਇੱਕ ਟਰੱਕ ਮੂਹਰੇ ਖੜਾ ਆਪਣੇ ਉਹ ਚੈੱਕ ਇਨ ਕਰਾ ਰਹੇ ਤੇ ਬਾਅਦ ਆਪਾਂ ਚੈੱਕ ਇਨ ਕਰਾਉਂਦੇ ਹਾਂ ਬਾਬਾ ਰੱਖੇ ਸੁੱਖ ਡੋਰ ਦੇ ਦੇਣ ਫਿਰ ਐਂ ਆ ਕੇ ਚੱਲ ਡੋਰ ਤੇ ਲਾ ਕੇ ਬੰਦਾ ਆਰਾਮ ਨਾਲ ਇਹਨਾਂ ਨੇ ਘੰਟਾ ਡੇਢ ਘੰਟਾ ਲਾ ਦੇਣਾ ਦੋ ਘੰਟੇ ਆਪਾਂ ਦੋ ਘੰਟੇ ਹੋਰ ਸੌਂ ਲਾਂਗੇ ਆਪਾਂ ਫਿਰ ਗਿਰ ਜਾਣਾ ਪਿੱਛੇ ਬੈੱਡ ਪਰ ਅਜੇ ਰਜਾਈ ਆਪਾਂ ਇਕੱਠੀ ਨਹੀਂ ਕਰੀ ਹੈਗੀ ਮੈਂ ਅਜੇ ਪਈ ਰਹਿਣ ਦੋ ਅਜੇ ਆਪਾਂ ਹੋਰ ਸੌਂ ਲਾਂਗੇ ਥੋੜ੍ਹਾ ਬਹੁਤਾ ਦੇਖਦੇ ਆ ਕਿਆ ਕਹਿੰਦੇ ਆ ਕਿੰਨਾ ਕੁ ਟਾਈਮ ਲਾਉਂਦੇ ਆ ਡੋਰ ਮਿਲ ਜਾਵੇ ਤਾਂ ਵਧੀਆ ਗੱਲ ਆ ਗੁੱਡ ਆ ਕਿਉਂਕਿ ਨਹੀਂ ਜੇ ਇੱਕ ਵਾਰ ਡੋਰ ਨਾ ਦੇਣ ਨਾ ਫਿਰ ਕੁੱਤਾ ਝਾਗ ਜੀ ਰਹਿੰਦੀ ਹੈ ਮੁੜ ਕੇ ਨਾ ਬੰਦਾ ਸੌਣ ਜੋਗਾ ਨਾ ਵਾਸਤਾ ਬੰਦਾ ਬੈਠਾ ਵੇਟ ਜੀ ਕਰੀ ਜਾਂਦਾ ਕਿਤੇ ਫੋਨ ਨਾ ਆ ਜਾਵੇ ਮੁੜ ਕੇ ਦੁਬਾਰਾ ਨਾ ਫੋਨ ਦਾ ਪਤਾ ਲੱਗੇ ਬੱਜੇ ਦਾ ਆ ਖੜੇ ਆ ਉਰੇ ਸਿਕਿਉਰਿਟੀ ਗਾਰਡ ਆ ਆਹ ਲਾਈਨ 'ਚ ਖੜੇ ਆਪਾਂ ਇੱਥੇ ਦੇਖਦੇ ਹਾਂ ਆਤਰੂਗਾ ਟਰੱਕ ਫਿਰ ਆਪਾਂ ਇਹਦੀ ਜਗ੍ਹਾ ਖੜਾਉਣਾ ਇੱਥੇ ਜਾ ਕੇ ਆਪਾਂ ਚੈੱਕਿੰਗ ਕਰਾ ਕੇ ਆਉਣੀ ਆ ਉਹ ਦੱਸਣਗੇ ਕਿ ਕਿੰਨੇ ਨੰਬਰ ਦੇ ਡੋਰ 'ਤੇ ਲਾਉਣਾ ਇੱਕ ਇਹਨਾਂ ਦੇ ਹੋਰ ਜਪ ਖਾਨਾ ਉਰੇ ਬਾਈ ਯਾਰ ਜਿਹੜੀ ਡੋਰ 'ਤੇ ਲਾਉਣਾ ਉਹ ਡੋਰ 'ਤੇ ਲਾ ਕੇ ਮੁੜ ਕੇ ਦੁਬਾਰਾ ਟ੍ਰੇਲਰ ਡਰੋਪ ਕਰਨਾ ਪੈਂਦਾ ਟਰੱਕ ਅਨੁੱਕ ਕਰਨਾ ਪੈਂਦਾ ਇਹ ਵੀ ਜਪ ਖਾਨਾ ਉਹਦੇ ਟ੍ਰੇਲਰ ਅਨੁੱਕ ਜਾਂ ਕਰਨਾ ਡਰੋਪ ਜਾਂ ਕਰਨਾ ਯਾਰ ਖਾਸ ਕਰਕੇ ਸਵੇਰੇ ਸਵੇਰੇ ਬਹੁਤ ਔਖਾ ਜਿਹਾ ਲੱਗਦਾ ਕਿਆ ਕਰੀਏ ਇਹਨਾਂ ਦਾ ਪ੍ਰੋਸੀਜਰ ਆ ਕਹਿੰਦੇ ਲਾਉਣਾ ਹੀ ਇੱਦਾਂ ਇਹਨਾਂ ਨੇ ਲੋੜ ਫਿਰ ਉਹ ਫਿਰ ਲਾਈਨ ਜੀ ਲਾ ਕੇ ਉਹਦੇ ਕੋਲ ਲੋਕ ਲਾ ਕੇ ਜਾਂਦਾ ਜਾਖੀ ਯਾਰ ਆਹ ਬੜਾ ਜੱਬ ਕਰਨਾ ਜਾ ਇਹਨਾਂ ਦਾ ਜਿਹੜਾ ਕਹਿ ਦਿੰਦੇ ਨਾ ਵੇਟ ਕਰੋ ਹੁਣ ਸਾਰੀਆਂ ਡੋਰਾਂ ਫੁੱਲ ਆ ਇਹਨਾਂ ਦੀਆਂ ਕਹਿੰਦਾ ਅੰਦਰ ਚਲੇ ਆ ਸੈਂਟਰਲ ਜਿੱਥੇ ਆਫਿਸ ਪੇਪਰ ਦੇ ਦੇ ਉੱਥੇ ਉੱਥੇ ਵੀ ਉਹਨਾਂ ਨੇ ਕਹਿ ਦੇਣਾ ਪੇਪਰ ਲੈ ਕੇ ਕਹਿ ਦੇਣਗੇ ਓਕੇ ਕਾਲ ਕਰਦੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਜਾਂ ਡੋਰ ਅਵੇਲੇਬਲ ਹੋਈ ਹੁਣ ਸਾਰੇ ਡੋਰਾਂ ਪਰ ਵਾਲਮਾਰਟ ਵਾਲਿਆਂ ਦੇ ਟ੍ਰੇਲਰ ਡਰੋਪ ਹੋਏ ਹੋਏ ਆ ਹੁਣ ਇਹਨਾਂ 'ਚੋਂ ਕੋਈ ਟ੍ਰੇਲਰ ਖਾਲੀ ਖੁੱਲੀ ਹੋਊਗਾ ਮੂਵ ਹੋਊਗਾ ਆਹ ਡੋਰ ਖਾਲੀ ਤਾਂ ਉਰੇ ਲਵਾ ਦਿੰਦੇ ਇਹਨਾਂ 'ਚੋਂ ਕੋਈ ਡੋਰ ਖਾਲੀ ਹੋਊਗਾ ਤਾਂ ਇੱਥੇ ਆਪਾਂ ਨੂੰ ਫਿਰ ਜਗ੍ਹਾ ਮਿਲੂਗੀ ਐਂ 5 ਵਜੇ ਦੀ ਡਿਲੀਵਰੀ ਦੀ ਆਪਾਂ ਦੇ ਪੌਣੇ 5 ਪਹੁੰਚੇ ਹਾਂ ਇਹ ਵੀ ਨਹੀਂ ਹੈਗਾ ਕਿ ਸਾਜਰੇ ਆ ਗਏ ਫਿਰ ਵੀ ਪਤਾ ਨਹੀਂ ਕਿਆ ਸਮਝ ਨਹੀਂ ਲੱਗਦੀ ਹੈਗੀ ਫਿਰ ਵੀ ਡੋਰ ਨਹੀਂ ਹੈਗੀ ਇਹਨਾਂ ਐਂ ਬੜੀ ਕਾਣਤ ਜੀ ਆਉਂਦੀ ਹੁਣ ਫਿਰ ਕੁੱਤੇ ਝਾਗ ਜੀ ਜੇ ਬੈਠੇ ਦੇਖੀ ਜਾਊਂਗੇ ਕਦ ਕਾਲ ਕਰਨਗੇ ਨਹੀਂ ਆਪਾਂ ਆਰਾਮ ਨਾਲ ਸੌਂ ਜਾਣਾ ਤਾਂ ਲਾ ਕੇ ਡੋਰ 'ਤੇ ਹੋਰ 2 ਘੰਟੇ ਨੀਂਦ ਕੱਢ ਲੈਂਦੇ ਚਲੋ ਦੇਖਦੇ ਹਾਂ ਇੱਥੇ ਸਾਈਡ 'ਚ ਲਾ ਕੇ ਨਾ ਆਹ ਜਗ੍ਹਾ 'ਤੇ ਕਿਤੇ ਵੀ ਖਾਲੀ ਆ ਇੱਥੇ ਆਪਾਂ ਸਾਈਡ 'ਤੇ ਲਾ ਕੇ ਵੇਟ ਕਰਨੀ ਪੈਣੀ ਆ ਹਾਂ ਮੁੰਡੇ ਗੁੱਡ ਮਾਰਨਿੰਗ ਟਰੱਕ ਹੋ ਗਿਆ ਖਾਲੀ ਆਪਣਾ ਅਤੇ ਆ ਗਈ ਤੇ ਉਹਨਾਂ ਦੀ ਕਾਲ ਕਹਿੰਦੇ ਯਾਰ ਕਰੋ ਮੂੰਹ ਮਾਓ ਟਰੱਕ ਹੋਰ ਲੱਗਣਾ ਟਰੱਕ ਉੱਥੇ ਮੈਂ ਕਿਹਾ ਕੋਈ ਚੱਕਰ ਨਹੀਂ ਉੱਠਦੇ ਜੱਟਾਂ ਦੇ ਮੁੰਡੇ ਰੁਕ ਜਾਓ ਵੇਟ ਕਰੋ ਥੋੜ੍ਹੀ ਜਿਹੀ ਸੋ ਆਪਾਂ ਨੇ ਪੁੱਲ ਕਰ ਲਿਆ 7:30 ਵੱਜ ਗਿਆ ਆਈ ਥਿੰਕ 8 ਵੱਜਣੇ ਵਾਲੇ ਆ 7:54 ਹੋ ਗਏ 7:30 ਆਈ ਸੀ ਕਾਲ ਉਹਨਾਂ ਦੀ ਹੁੱਕਾ ਹੁੱਕ ਕਰ ਲਿਆ ਆਪਾਂ ਨੇ ਟਰੱਕ ਅਤੇ ਚਾਹ ਦਾ ਪਿਆਲਾ ਭੜਕਾ ਬਰੱਸ਼ ਕਰਕੇ ਪਾਣੀ ਦੀ ਇੱਕ ਬੋਤਲ ਪੀ ਕੇ ਆਪਾਂ ਚਾਹ ਜਦੇ ਭੜਕਾ ਦਈਦੀਆਂ ਨਾਲ ਲਾਤੀ ਸਾਰੇ ਚਾਹ ਦੀ ਪਤੀਲੀ ਧਰਤੀ ਦੁੱਧ 'ਚ ਪੱਤੀ ਅਤੇ ਚਾਹ ਵਾਲਾ ਮਸਾਲਾ ਵੀ ਸੁੱਟਤਾ ਵਿੱਚ ਆਪਾਂ ਨੇ ਆਪਿਆ ਕੱਪ ਆਪਣਾ ਅਤੇ ਇੱਧਰ ਆਪਾਂ ਨੇ ਅਗਰਬੱਤੀ ਲਾਈ ਹੋਈ ਹੈ ਥੋੜ੍ਹੀ ਜਿਹੀ ਖੁਸ਼ਬੂ ਜੀ ਵਧੀਆ ਆ ਜਾਵੇ ਸੋ ਗੁੱਡ ਮਾਰਨਿੰਗ ਮਾਈ ਟਰੱਕ ਗੁੱਡ ਮਾਰਨਿੰਗ ਬਾਈ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਜੀ ਬਾਬਾ ਜੀ ਤੁਹਾਡੇ ਸੋ ਆਪਾਂ ਆਲਮੋਸਟ ਚਾਹ ਬਣ ਚੁੱਕੀ ਹੈ ਪਾਈਏ ਇਹਨੂੰ ਪਿਆਲੇ 'ਚ ਤਾਂ ਜੋ ਆਪਾਂ ਇੱਥੇ ਤੋਂ ਤੁਰ ਸਕੀਏ ਚਾਹ ਡੁੱਲ ਜਾਂਦੀ ਆਦੇ ਉਰੇ ਆਹ ਗਲਤ ਲੱਗਦਾ ਕੰਮ
ਪਾਪਾ ਨੂੰ ਟਰੱਕ ਉੱਥੇ ਪਿੱਛੇ ਅਤੇ ਦੇਖਦੇ ਜਾ ਕੇ ਚੈੱਕ ਇਨ ਕਰਾਉਂਦੇ ਹਾਂ ਕਿਆ ਕਹਿੰਦੇ ਆ ਕਿਆ ਨਹੀਂ। ਅਤੇ ਮੈਨੂੰ ਲੱਗਦਾ ਪਤਾ ਨਹੀਂ ਇਹਨਾਂ ਦੀ ਬ੍ਰੇਕ ਹੋ ਗਈ ਪਤਾ ਨਹੀਂ ਕਿਆ ਚੱਕਰ ਅਲਾਰਮ ਜਿਹਾ ਬੋਲਿਆ ਦੇਖਦੇ ਹਾਂ ਜੋ ਮੁੰਡੇ ਉਹ ਡੋਰ ਮਿਲ ਗਈ ਆਪਾਂ ਨੂੰ ਡੋਰ ਮਿਲ ਗਈ ਕਹਿੰਦਾ ਦੋ ਨੰਬਰ 'ਤੇ ਠੋਕਦੇ ਇੱਕੇ ਡੋਰ ਵਿਹਲੀ ਦੀ ਉਹੀ ਆਪਾਂ ਨੂੰ ਮਿਲ ਗਈ ਆਹ ਝੋਟਾ ਦੇ ਲਓ ਕਿਵੇਂ ਇੱਧਰ ਵੜਕਾ ਮਾਰਦਾ ਖੜਾ ਕਹਿੰਦਾ ਹੱਟ ਪਿੱਛੇ ਪੁੱਛਦਾ ਸਵਾਲ ਡੂਰਾ ਡੂਰਾ ਖੋਲ ਤੋਂ ਜਾ ਕੇ ਠੰਡ ਬਹੁਤ ਆ ਪਰੇ ਉਹ ਠੰਡ ਬਹੁਤ ਠੰਡ ਆ ਬਾਈ ਓਏ ਇੱਕ ਹਵਾ ਚੱਲੀ ਜਾਂਦੀ ਆ ਪਤੰਦਰ ਦੀ ਉੱਪਰ ਤੇ ਸਨੋਹ ਜਿਹੜੀ ਫਲੂਰੀ ਜਿਹੀ ਗਿਰੀ ਜਾਂਦੀ ਆ ਮਾੜੀ ਮਾੜੀ ਆਪਦੇ ਟਰੱਕ ਮਗਰ ਹੋਰ ਖੜ ਕੇ ਦੇ ਆ ਕੇ ਆਪਣੇ ਖੋਲੋ ਵੀ ਡੋਰਾਂ ਖੋਲੋ ਕਾਕਾ ਜੀ ਕਾਕਾ ਜੀ ਕਾਕਾ ਜੀ ਖੁੱਲ ਜਾ ਬਾਈ ਓਏ ਖੁੱਲ ਜਾ ਮਿੱਤਰਾ ਖੁੱਲ ਜਾ ਲਾਤਾ ਬਾਈ ਮਿੱਤਰੋ ਬੈਗ ਆਪਾਂ ਨੇ ਖੜਾ ਬਈ ਝੋਟਾ ਬੈਗ ਲਾ ਛੱਡੀ ਜੀ ਆਪਾਂ ਨੇ ਉਰੇ ਹੈ ਪੂਰੀ ਪੂਰੀ ਜੀ ਜਗ੍ਹਾ ਟਰਾਲਿਆਂ ਦੇ ਵਿਚਾਲੇ ਜੇ ਲਾਉਣੀ ਆ ਬਰਾਬਰ ਜੇ ਰੱਖ ਕੇ ਜਾਣ ਦੇਣਾ ਪੈਂਦਾ ਜੇ ਥੋੜ੍ਹਾ ਬਹੁਤਾ ਇੱਧਰ ਉੱਧਰ ਹੋ ਜਾਵੇ ਨਾਲ ਫਿਰ ਡੋਰ ਵੱਜਦਾ ਟਰੇਨ ਲਿਆਉਂਦੇ ਉਰੇ ਜਗ੍ਹਾ ਥੋੜ੍ਹੀ ਜੀ ਟੈਟ ਜਿਹੀ ਆ ਕੰਮ ਜਾਣੀ ਕਿਉਂ ਘੂਰਦਾ ਸ਼ਕਲ ਇਹ ਜੀ ਇਹਦੀ ਗੁੱਸਾ ਨਾ ਕਰਿਓ ਕਿਉਂ ਫਿਰਦੀ ਆ ਗੋਰੀ ਦੱਬੀ ਇੱਦਾਂ ਇਹ ਉਹ ਬੰਦਿਆਂ ਲਈ ਆ ਜਿਹੜੇ ਬੰਦੇ ਬੰਦੇ ਹੋ ਕੇ ਮੁੰਡੇ ਹੋ ਕੇ ਵੀ ਕਹਿ ਦਿੰਦੇ ਯਾਰ ਔਖਾ ਕੰਮ ਯਾਰ ਟਰੱਕ ਦਾ ਤਾਂ ਬਹੁਤ ਰਿਸਕੀ ਆ ਆਈ ਨੋ ਦੈਟ ਰਿਸਕੀ ਆ ਬਟ ਯਾਰ ਕੰਮ ਤਾਂ ਕੰਮ ਆ ਹੁਣ ਮੇਰਾ ਸ਼ੌਂਕ ਵੀ ਆ ਟਰੱਕ ਅਤੇ ਮੇਰੇ ਇਹਦੇ ਨਾਲ ਖਰਚਾ ਵੀ ਚੱਲਦਾ ਘਰ ਦਾ ਆਪਣੇ ਦਾ ਸੋ ਦੋ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਟਰੱਕ ਚਲਾਉਣਾ ਸ਼ੌਂਕ ਵੀ ਆ ਅਤੇ ਇਹਦੇ ਨਾਲ ਆਪਣੇ ਖਰਚੇ ਵੀ ਚੱਲਦੇ ਆ ਠੀਕ ਨਹੀਂ ਵਧੀਆ ਜੀ ਲੱਗਿਆ ਹੋਇਆ ਸੋ ਡਰਨੇ ਦੀ ਲੋੜ ਨਹੀਂ ਹੈਗੀ ਜਿੱਦਣ ਮੌਤ ਆਉਣੀ ਉਦਣ ਆ ਜਾਣੀ ਆ ਚਾਹੇ ਤੁਸੀਂ ਟਰੱਕ 'ਤੇ ਆ ਚਾਹੇ ਘਰਾਂ ਬੈਠੇ ਆ ਚਾਹੇ ਜਿੱਥੇ ਮਰਜ਼ੀ ਲੁਕ ਜਾਓ ਜਾ ਕੇ ਕੋਈ ਨਾ ਕੋਈ ਬਹਾਨਾ ਬਣ ਜਾਣਾ ਮਰੇ ਜਾਣਾ ਉਦਣ ਤੁਸੀਂ ਜਿੰਨੀ ਲਿਖੀ ਉੱਨੀ ਉਹ ਭੋਗਣੀ ਆ ਸੋ ਦੋ ਤਿੰਨ ਵਾਰ ਮੇਰੇ ਨਾ ਹੋਇਆ ਹਾਦਸਾ ਟਰੱਕ 'ਤੇ ਟਰੱਕ ਵੀ ਘੁੰਮਿਆ ਸਨੋਹ 'ਚ ਪਰ ਐਂ ਥੋੜ੍ਹਾ ਡਰ ਕੇ ਫਿਰ ਆਪਾਂ ਟਰੱਕ ਛੱਡ ਦਾਂਗੇ ਜੀ ਡਰ ਲੱਗਦਾ ਜੀ ਇਹ ਤਾਂ ਰਿਸਕੀ ਆ ਬਹੁਤ ਜੋਬ ਕੋਈ ਨਹੀਂ ਜੋ ਹੁੰਦਾ ਹੋ ਹੀ ਜਾਊਗਾ ਜੋ ਪਰਮਾਤਮਾ ਨੂੰ ਮਨਜ਼ੂਰ ਆ ਸੋ ਡਰਨਾ ਨਹੀਂ ਚਾਹੀਦਾ ਰਿਸਕ ਤਾਂ ਹਰ ਕੰਮ 'ਚ ਆ ਸਟੋਰ 'ਤੇ ਕਿਹੜੇ ਨਹੀਂ ਰਿਸਕ ਹੈਗਾ ਸਟੋਰ 'ਤੇ ਵੀ ਕਿਆ ਪਤਾ ਕਿਹੜੇ ਸਿਰ ਫਿਰੇ ਨੇ ਆ ਕੇ ਗੋਲੀ ਮਾਰ ਜਾਣੀ ਆ ਠੀਕ ਨਹੀਂ ਸਟੋਰਾਂ 'ਤੇ ਜਿਹੜੇ ਬੰਦੇ ਕੰਮ ਕਰਦੇ ਆ ਉੱਥੇ ਵੀ ਕਿੰਨੇ ਹਾਦਸੇ ਹੁੰਦੇ ਆ ਸੋ ਰਿਸਕ ਤਾਂ ਹਰ ਜੋਬ 'ਚ ਆ ਕੋਈ ਈਜ਼ੀ ਨਹੀਂ ਹੈਗਾ ਕੰਮ ਪਰ ਇੱਦਾਂ ਡਰ ਕੇ ਨਹੀਂ ਕੰਮ ਛੱਡਣਾ ਚਾਹੀਦਾ ਹੈਗਾ ਜੋ ਪਰਮਾਤਮਾ ਨੇ ਲਿਖਿਆ ਉਹਦਾ ਹੋ ਕੇ ਰਹਿਣਾ ਸੋ ਡੋਂਟ ਟੇਕ ਟੈਨਸ਼ਨ ਬੇਬੀ ਡੋਂਟ ਟੇਕ ਟੈਨਸ਼ਨ ਆਪਣਾ ਬੈਸਟ ਦਿਓ ਠੀਕ ਨਹੀਂ ਉਹ ਟਰੱਕ ਇੱਕ ਹੋਰ ਆ ਗਿਆ ਆਹ ਕੈਨੇਡਾ ਦਾ ਟਰੱਕ ਫਿਰਦਾ ਅੰਟਾਰੀਓ ਦਾ ਇਹ ਮੱਲਾ ਦਾ ਜਾਊ ਕੂਲੰਡਰ ਲੈ ਕੇ ਅੰਟਾਰੀਆ ਨੂੰ ਅਤੇ ਆਪਣੇ ਦੂਏ ਦੋ ਟਰੱਕ ਵੀ ਪਹੁੰਚਣੇ ਵਾਲੇ ਹੋਣੇ ਆ ਉਰੇ ਉਹਨਾਂ ਨੇ ਵੀ ਆ ਜਾਣਾ ਆਹ ਵੀ ਗੱਡੀ ਘੈਂਟ ਲਾ ਦੀ ਆ ਕਿਹੜੀ ਆ ਇਹ ਹੈ ਘੈਂਟ ਲਾ ਦੀ ਆ ਉਹ ਚਾਹ ਬਣਾ ਲਈ ਤੀ ਬਾਬੇ ਆਪਾਂ ਨੇ ਮੈਂ ਕਿਹਾ ਚੱਲ ਇਹਨੇ ਟਰੱਕ ਸਾਫ਼ ਕਰ ਲਈ ਵਿੱਚ ਅਤੇ ਦੇਖੋ ਆਪਾਂ ਨੇ ਸਪਰੇ ਸਪਰੂ ਮਾਰ ਕੇ ਟਰੱਕ ਚਮਕਾ ਛੱਡਿਆ ਜੀ ਤੋ ਉਹ ਆ ਗਿਆ ਆਪਣਾ ਦੂਆ ਬੰਦਾ ਲੋੜ ਚੱਕਣੇ ਵਾਲਾ ਆਪਣੇ ਵਾਲਾ ਦੂਆ ਟਰੱਕ ਕਸਕੇੜੀਆ ਸੋ ਮੈਂ ਕਿਹਾ ਚੱਲ ਚਾਹ ਬਣਾ ਲਈ ਹੁਣ ਮਾੜਾ ਜਿਹਾ ਟਰੱਕ ਸਾਫ਼ ਕਰ ਲਈ ਆਪਾਂ ਸਾਰੀਆਂ ਗੇਜਾਂ ਗੂਜਾਂ ਚਮਕਾ ਤੀਆਂ ਸਟੇਅਰਿੰਗ ਚਮਕਾ ਤਾ ਦੇਖੋ ਕਰਦਾ ਲੱਛ ਲੱਛ ਹੈਂ ਕਿਉਂ ਪੈਂਦੀ ਆ ਖੁੱਤ ਸੋ ਆਲਮੋਸਟ ਮੱਲਾ ਤਾਂ ਲੱਦਣੇ ਵਾਲਾ ਹੀ ਆਪਣਾ ਤਾਂ ਟਰੱਕ ਕਿਸੇ ਵੀ ਟਾਈਮ ਆਪਾਂ ਨੇ ਡੋਰ ਖੜਕਾ ਸਕਦੇ ਹਾਂ ਟੁੱਕ 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 ਚੱਕੋ ਬਾਈ ਰੇਡੀ ਹੋ ਗਿਆ ਸੋ ਦੂਆ ਬੰਦਾ ਆ ਗਿਆ ਉਹਨੂੰ ਦੇਖਦੇ ਹਾਂ ਕਿਆ ਕਹਿੰਦੇ ਆ ਹਾਂਜੀ ਖਰੂ ਜੀ ਆਪਾਂ ਆਏ ਉਹ 'ਚ ਵੜ ਗਏ ਅਤੇ ਇਹ ਨਾ ਪਤਾ ਨਹੀਂ ਕੀ ਚੱਕਰ ਹੋ ਗਿਆ ਮੇਰੇ ਨਾ ਟਰੱਕ ਦੇ ਪਤਾ ਨਹੀਂ ਫੈਨ ਝੱਲੀ ਜਾਂਦਾ ਆਲ ਦਾ ਟਾਈਮ ਮੈਨੂੰ ਲੱਗਦਾ ਇੱਥੇ ਆਪਾਂ ਰੈਸਟ ਏਰੀਆ ਜਾਂਦਾ ਉੱਥੇ ਨਾ ਖੜਾ ਕੇ ਟਰੱਕ ਚੈੱਕ ਕਰਦਾ ਕਿਆ ਚੱਕਰ
ਦੋ ਕੁ ਚੀਜ਼ਾਂ ਚੈੱਕ ਕਰਨੀਆਂ ਪੈਣੀਆਂ, ਇੱਕ ਤਾਂ ਜਿਹੜੀ ਏਅਰ ਵਾਲੀ ਪਾਈਪ ਜਾਂਦੀ ਹੁੰਦੀ ਆ ਪੈਨ ਕਲੱਚ ਨੂੰ, ਉਹਦੇ ਮਗਰ ਇੱਕ ਸੁੱਚ ਲੱਗੀ ਹੁੰਦੀ ਆ, ਜਾਂ ਤਾਂ ਉਹ ਸੁੱਚ ਖਰਾਬ ਹੋ ਗਈ, ਜਾਂ ਇੱਕ ਏ ਸੀ ਵਾਲੀ ਹੁੰਦੀ ਆ ਸੁੱਚ ਸੈਂਸਰ ਹੁੰਦਾ ਪਤਾ ਨਹੀਂ ਉਹ ਦੇਖੂਗਾ ਚੈੱਕ ਕਰਕੇ ਇੱਕ ਵਾਰ, ਜੇ ਅਨਪਲੱਗ ਕਰੇ ਅਤੇ ਪੱਖਾ ਖੜ ਗਿਆ ਫਿਰ ਇਹਦਾ ਮਤਲਬ ਸੁੱਚ ਖਰਾਬ ਆ, ਉਹ ਦੇਖਦਾ ਟਰਾਈ ਕਰਕੇ ਉਰੇ, ਸ਼ਾਇਦ ਮੈਨੂੰ ਲੱਗਦਾ ਉਹ ਸੁੱਚੇ ਖਰਾਬ ਹੋ ਗਈ ਕਿਤੇ। ਏ ਸੀ ਦੇ ਹੁੰਦੀ ਇੱਕ ਕੋਲਡ ਵਾਲੀ ਪਤਾ ਨਹੀਂ ਕੋਟ ਵਾਲੀ ਦੋ ਸੁੱਚਾਂ ਹੁੰਦੀਆਂ, ਉਹਨਾਂ 'ਚ ਇੱਕ ਸੁੱਚ ਹਾਰਟ ਵਾਲੀ ਜਿਹੜੀ ਮੈਨੂੰ ਲੱਗਦਾ ਉਹ ਨਾ ਕਿਤੇ ਖਰਾਬ ਹੋ ਗਈ ਹੋਵੇ, ਉਹ ਅਨਪਲੱਗ ਕਰਕੇ ਦੇਖਦੇ ਆਪਾਂ ਉਹਦੇ ਰੈਸਟ ਏਰੀਏ 'ਚ ਜੇ ਬਣ ਜਾਵੇ ਗੱਲਬਾਤ ਤਾਂ। ਪੱਖਾ ਨਾ ਚੱਲੀ ਜਾਂਦਾ, ਜਦ ਪੱਖਾ ਆਲ ਦਾ ਟਾਈਮ ਚੱਲੀ ਜਾਂਦਾ ਇੱਕ ਤਾਂ ਆਵਾਜ਼ ਬਹੁਤ ਆਉਂਦੀ ਹੈ, ਇੱਕ ਗੇਅਰ ਜਦ ਆਪਾਂ ਕੱਢਦੇ ਜਾਂ ਪਾਉਂਦੇ ਹਾਂ ਉਹਨਾਂ 'ਚ ਵੀ ਪ੍ਰੋਬਲਮ ਆਉਂਦੀ, ਪਲੱਸ ਟਰੱਕ ਤੇਲ ਜ਼ਿਆਦਾ ਖਾਣ ਲੱਗ ਜਾਂਦਾ ਫਿਰ ਜੇ ਪੱਖਾ ਚੱਲੀ ਜਾਂਦਾ ਆਲ ਦਾ ਟਾਈਮ। ਆਪਣਾ ਫੈਨ ਕਲੱਚ ਤਾਂ ਨਵਾਂ ਪਵਾਇਆ ਹੋਇਆ ਪਿੱਛੇ ਜੇ ਲੱਗਦਾ ਹੋ ਗਿਆ, ਜਾਂ ਦੋ ਚਾਰ ਕੁ ਮਹੀਨੇ ਹੋਏ ਆ ਫੈਨ ਕਲੱਚ ਪਵਾਏ ਨੂੰ ਨਵਾਂ, ਉਹਦੀ ਤਾਂ ਨਹੀਂ ਮੈਨੂੰ ਲੱਗਦਾ ਪ੍ਰੋਬਲਮ ਹੈਗੀ, ਸਮਥਿੰਗ ਇੱਦਾਂ ਦੇ ਕੋਈ ਇਸ਼ੂ ਆ, ਛੋਟੀ ਉਹ ਪ੍ਰੋਬਲਮ ਆ ਕੋਈ, ਆਪਾਂ ਇੱਕ ਵਾਰ ਟਰਾਈ ਕਰਕੇ ਦੇਖ ਲੈਂਦੇ ਜੇ ਲੋਟ ਆ ਗਿਆ, ਨਹੀਂ ਫਿਰ ਮਿੱਤਰ ਆਪਣਾ ਹੈਗੇ ਆ ਵੱਡੇ ਲੋਅ ਨੂੰ ਦਿਖਾ ਲਵਾਂਗੇ। ਮੌਸਮ ਫਿਰ ਖਰਾਬ ਜਿਹਾ ਹੋ ਗਿਆ, ਕੱਲ੍ਹ ਕਿੰਨੀ ਸੋਹਣੀ ਧੁੱਪ ਚੜ੍ਹੀ ਹੋਈ ਸੀ, ਅੱਜ ਫਿਰ ਬੱਦਲ ਜਿਹਾ ਹੋ ਗਿਆ, ਵਿੱਚ ਮੀਂਹ ਜਿਹਾ ਪੈਣ ਲੱਗ ਜਾਂਦਾ ਕਿਤੇ ਕਿਤੇ, ਸਨੋਹ ਜਿਹੀ ਗਿਰ ਲੱਗ ਜਾਂਦੀ ਆ, ਬੁਰੇ ਹਾਲ ਹੋਏ ਪਏ ਆ ਮਿੱਤਰੋ ਬੁਰੇ ਹਾਲ। Semi jazz on the play. ਹਾਂਜੀ ਮਿੱਤਰੋ, ਸੋਰੀ ਯਾਰ ਉੱਥੇ ਉਲਝ ਗਿਆ ਮੈਂ ਨਾ, ਜਾਂ ਟਰੱਕ ਯਾਰਡ 'ਚ ਖੜਾ ਕਰਿਆ, ਹੁਣ ਮੈਂ ਘਰ ਨੂੰ ਜਾ ਰਿਹਾ ਜੀਪ 'ਚ, ਅਤੇ ਉਹ ਜਾਂ ਯਾਰਡ 'ਚ ਖੜਾ ਕਰਿਆ ਨਾ ਟਰੱਕ ਥੋੜ੍ਹਾ ਕਾਲੀ 'ਚ, ਤਾਂ ਇੱਕ ਤਾਂ ਯਾਰ ਭੁੱਖ ਲੱਗੀ ਹੋਈ ਸੀ ਬਹੁਤ, ਮੈਂ ਰੋਟੀ ਨਹੀਂ ਖਾਧੀ ਸੀ ਸਵੇਰ ਦਾ, ਭੁੱਖਾ ਹੀ ਤਾਂ ਮੈਨੂੰ, ਮੈਂ ਤਾਂ ਮੈਂ ਘਰ ਜਾ ਕੇ ਪਰੌਂਠਾ ਖਾਊਂਗਾ ਚਾਹ ਦਾ, ਸੋ ਉਹਦੇ ਚੱਕਰਾਂ 'ਚ ਨਾ ਕਾਲੀ ਗਾਲੀ 'ਚ ਮੈਂ ਦਮਾ ਦਮ ਸਮਾਨ ਸਮੂਨ ਜਿਹਾ ਚੱਕਿਆ ਟਰੱਕ 'ਚੋਂ ਅਤੇ ਭੱਜਿਆ ਇੰਨੀ, ਅਜੇ ਸਮਾਂ ਕਿ ਮੈਂ ਦੂਏ ਆਪਣੇ ਭਰਾ ਦੇ ਟਰੱਕ 'ਚੋਂ ਚੱਕਣੇ ਤੇ ਪੇਪਰ ਵਰਕ ਜਿਹਾ, ਅਤੇ ਉਹਦਾ ਕਹਿੰਦਾ ਬੂਫਰ ਨਹੀਂ ਮੇਰਾ ਚੱਲਦਾ ਪਤਾ ਨਹੀਂ, ਉਹ ਦੇਖਣਾ ਤਾ, ਫਿਰ ਮੈਂ ਕਿਹਾ ਕੋਈ ਨਹੀਂ ਹੁਣ ਕੱਲ੍ਹ ਨੂੰ ਸਹੀ, ਕੱਲ੍ਹ ਨੂੰ ਦੁਬਾਰਾ ਗੇੜਾ ਮਾਰ ਜੂੰਗਾ, ਮੈਂ ਕਿਹਾ ਹੁਣ ਨਿਕਲੀ ਯਾਰ ਦਮਾ ਦਮ, ਲੇਟ ਹੋਈ ਜਾਂਦਾ ਤਾ ਕੰਮ, ਭੁੱਖ ਬਹੁਤ ਲੱਗੀ ਹੈ ਜੀ ਮੈਨੂੰ, ਸੋ ਤੁਹਾਨੂੰ ਪਤਾ ਫਿਰ ਪਰੌਂਠਾ ਦਾ ਟਾਈਮ ਤਾਂ ਫਿਰ ਹੋਣੇ ਆ ਪਰੌਂਠੇ ਦਾ, ਤਾਂ ਫਿਰ ਐਂ ਜਿੰਨਾ ਲੇਟ ਹੋਊਗਾ ਫਿਰ ਐਂ ਹੋ ਜਾਣਾ ਬੰਦੇ ਨੂੰ ਜਾ ਕੇ ਯਾਰ ਹੁਣ ਰੋਟੀ ਉਹ ਖਾ ਲਾਂਗੇ ਰਾਤ ਨੂੰ ਪਰੌਂਠੇ ਦਾ ਕਿਆ ਖਾਣਾ, ਪਰੌਂਠਾ ਤਾਂ ਹੁਣ ਖਾਣਾ ਹੀ ਖਾਣਾ ਹੈ ਜਾ ਕੇ, ਚਾਹੇ ਜੋ ਮਰਜ਼ੀ ਹੋ ਜਾਵੇ, ਰਾਤ ਵਾਲੀ ਰੋਟੀ ਵੀ ਹਜੇ ਤਾਂ ਲਵੇਟਣੀਆਂ ਆਪਾਂ ਨੇ, ਉਹ 9-10 ਵਜੇ ਲਵੇਟੂਗੇ, ਹਜੇ ਪਹਿਲਾਂ ਪਰੌਂਠਾ ਲਵੇਟਣਾ, ਪਰੌਂਠਾ ਲਵੇਟਣਾ ਪਹਿਲਾਂ ਆਪਾਂ ਨੇ, ਸੋ ਤਾਂ ਕਰਕੇ ਕਾਹਲੀ ਕਾਹਲੀ 'ਚ ਭੱਜਿਆ ਯਾਰ, ਮੈਂ ਵੀਡੀਓ ਵੂਡੀਓ ਬਣਾਉਣੀ ਭੁੱਲ ਗਿਆ, ਦੇਖਣਾ ਉੱਥੇ ਬੈਗ ਬੂਗ ਲਾ ਰਿਹਾ ਤਾਂ ਜਦ ਵੀ ਦੱਸਣਾ ਤਾਂ ਕਿ ਬੈਗ ਬੂਗ ਜਿਹਾ ਲਾਉਂਦੇ ਆ, ਕਿਆ ਹਿਸਾਬ ਕਿਤਾਬ ਜਿਹਾ ਠੀਕ ਨਹੀਂ, ਉਹ ਰਹਿ ਗਿਆ ਵਿੱਚ ਬੈਗ ਬੂਗ ਕਰਨੇ ਦੀ ਵੀਡੀਓ ਬਣਾਉਣੀ ਜੀ, ਅਤੇ ਠੰਡ ਏ ਬਹੁਤ ਆ, ਲੋਹੜਿਆਂ ਦੀ ਠੰਡ ਪਈ ਜਾਂਦੀ ਆ ਬਾਹਰ, ਠੰਡੀ ਠੰਡੀ ਹਵਾ ਚੱਲਦੀ ਆ ਬਾਹਰ, ਖਾਣੇ ਵੀ ਜੀ ਨਹੀਂ ਕਰਦਾ ਹੈਗਾ, ਉਹ ਪਹਿਲਾਂ ਰਾਤ 'ਚ ਵੀ ਜੇ ਮੈਂ ਉੱਥੇ ਖੜਿਆ ਤਾਂ 212 'ਤੇ ਜਦੋਂ ਮੈਂ ਦੇਖਣਾ ਕਰਕੇ ਨਾ ਉਹ ਚਿੱਲ ਚਿੱਲ ਮੂਡ ਆਉਣ ਹੋਏ ਹਾਂ ਪਹਿਲਾਂ,
ਚਲੋ ਕੋਈ ਨੀ ਦੇਖੀ ਜਾਊਗੀ ਹੁਣ ਇੱਕ ਵਾਰ ਕੱਲ ਨੂੰ ਦੇਖ ਜਾਵਾਂਗੇ ਆ ਕੇ ਮਾਰ ਜਾਵਾਂਗੇ ਟਰਾਈ ਕੰਮ ਯਾਰ ਬਹੁਤ ਕਰਨੇ ਵਾਲੇ ਪਏ ਆ ਸਮਝ ਨਹੀਂ ਲੱਗਦੀ ਮੈਨੂੰ ਤਾਂ ਟੈਨਸ਼ਨ ਜੀ ਹੋ ਜਾਂਦੀ ਇੱਦਾਂ ਤਿੰਨੇ ਚਾਰੇ ਟਰੱਕਾਂ ਦੀਆਂ ਪਲੇਟਾਂ ਰਿਨਿਊ ਹੋਣੇ ਵਾਲੀਆਂ ਆ ਐਂਡ ਆਫ ਦਾ ਮੰਥ ਦੇ ਜਨਵਰੀ ਦੇ ਦਿਨ ਥੋੜ੍ਹੇ ਜਿਹੇ ਰਹਿ ਗਏ ਉਹ ਅਪਲਾਈ ਕਰਨੀਆਂ ਉਹ ਲੱਲਾ ਬੋਬਾ ਜਾਂ ਕਿੰਨਾ ਕੁ ਚੱਲੀ ਜਾਂਦਾ ਯਾਰ ਔਖਾ ਦੜੋ ਬੰਦਾ ਕਹਿਤਾ ਦਿੰਦਾ ਵਧਾ ਲਓ ਕੰਮ ਇਕੱਲੀ ਜਾਨ ਵਿਚਾਰੀ ਕਿੱਧਰ ਕਿੱਧਰ ਜਾਵੇ ਹੈਂ ਇੱਧਰ ਵੀਡੀਓ ਵੀ ਬਣਾਉਣੀਆਂ ਹੁੰਦੀਆਂ ਫਿਰ ਹੈਂ ਕਿਆ ਕਰੇ ਯਾਰ ਬੰਦਾ ਗਾਣੇ ਵੀ ਲਿਖਣੇ ਹੁੰਦੇ ਆ ਹੈਂ ਟੂ ਮੱਚ ਕੰਮ ਨਹੀਂ ਦਿੱਤਾ ਹੋਇਆ ਦਿਮਾਗ ਨੂੰ ਇੰਨੀ ਹੈਡਕ ਫਿਰ ਕਹਿੰਦੇ ਜੀ ਧੌਲੇ ਆ ਗਏ ਛੇਤੀ ਧੌਲੇ ਤਾਂ ਆਉਣੇ ਉਹ ਫਿਰ ਟੋਕਰਾ ਤਾਂ ਤੁਸੀਂ ਚੱਕੀ ਫਿਰਦੇ ਹੋ ਸਿਰ 'ਤੇ ਕਿੱਡਾ ਹੈਂ ਟੈਨਸ਼ਨਾਂ ਦਾ ਇੱਧਰ ਵੀ ਭਜਾਉਣਾ ਦਿਮਾਗ ਨੂੰ ਇੱਧਰ ਵੀ ਭਜਾਉਣਾ ਦਿਮਾਗ ਨੂੰ ਚਲੋ ਕੋਈ ਗੱਲ ਨਹੀਂ ਚਲੋ ਠੀਕ ਆ ਮਿੱਤਰੋ ਫਿਰ ਆਪਾਂ ਪਹੁੰਚ ਚੱਲੇ ਘਰ ਹਾਂ ਦੋ ਚਾਰ ਮਿੰਟ 'ਚ ਫਿਰ ਆਪਾਂ ਤੁਹਾਨੂੰ ਹੁਣ ਮੰਡੇ ਮਿਲਾਂਗੇ ਹੁਣ ਸੈਟਰਡੇ ਸੰਡੇ ਮਾਰਨੇ ਰੈਸਟ ਅਤੇ ਮੰਡੇ ਮਿਲਾਂਗੇ ਫਿਰ ਮਿੱਤਰੋ ਸਤਿ ਸ਼੍ਰੀ ਅਕਾਲ. I gave you my heart.